ਸਾਚਰੀਆ ਕਾਲ ਜੀ ਚੈਨਲ ਪੰਜਾਬ ਨਿਊਜ਼ ਟੂਡੇ ਦੇਖ ਰਹੀ ਸਰਹੀ ਸੋਤਿਆਂ ਦਾ ਜੀ ਆਣੂ ਜੀ ਲੈ ਕੇ ਹਾਜ਼ਰ ਹੋਏ ਹਾਂ ਇਸ ਵੇਲੇ ਦੀ ਵੱਡੀ ਖਬਰ ਲਗਾਤਾਰ 9 ਦਿਨ ਇਹਨਾਂ ਨੂੰ ਰਹਿਣ ਗਿਆ ਛੁੱਟੀਆਂ ਜਲਦੀ ਦੇਖ ਲਓ ਲਿਸਟ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਬੇਨਤੀ ਹੈ ਜਿੰਨਾ ਸੋਤਿਆਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਹਰ ਇੱਕ ਨਿੱਕੀ ਵੱਡੀ ਖਬਰ ਤੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਤੇ ਨਾਲ ਹੀ ਵੀਡੀਓ ਨੂੰ ਵੱਧ ਤੋਂ ਵੱਧ ਜਿੰਨਾ ਹੋ ਸਕੇ ਸ਼ੇਅਰ ਕਰ ਦਿਓ ਅਗਸਤ ਮਹੀਨੇ ਚ ਨਾਗ ਪੰਚਮੀ ਰਖੜੀ ਅਤੇ ਸੁਤੰਤਰਤਾ ਦਿਵਸ ਸਮੇਤ ਕਈ ਵੱਡੇ ਤਿਉਹਾਰਾਂ ਕਾਰਨ ਬੈਂਕਾਂ 'ਚ 9 ਦਿਨਾਂ ਲਈ ਵੱਖ-ਵੱਖ ਛੁੱਟੀਆਂ ਹੋਣਗੀਆਂ। ਅਗਸਤ ਮਹੀਨੇ ਵਿੱਚ 6 ਛੁੱਟੀਆਂ ਸਿਰਫ ਸ਼ਨੀਚਰਵਾਰ ਅਤੇ ਐਤਵਾਰ ਦੀਆਂ ਹਨ। ਇਸ ਤੋਂ ਇਲਾਵਾ ਅਗਸਤ 9 ਅਗਸਤ ਮੰਗਲਵਾਰ ਨੂੰ ਮੁਹਰਮ, 15 ਅਗਸਤ ਸੋਮਵਾਰ ਨੂੰ ਆਜ਼ਾਦੀ ਦਿਵਸ ਅਤੇ 19 ਅਗਸਤ ਸ਼ੁੱਕਰਵਾਰ ਨੂੰ ਜਨਮ ਅਸ਼ਟਮੀ ਦੀ ਛੁੱਟੀ ਰਹੇਗੀ। ਤੁਹਾਨੂੰ ਦੱਸ ਦਈਏ ਕਿ ਭਾਰਤੀ ਰਿਜ਼ਰਵ ਬੈਂਕ ਆਰਬੀਆਈ ਦੁਆਰਾ ਬੈਂਕ ਛੁੱਟੀਆਂ ਦਾ ਫੈਸਲਾ ਚਾਰ ਸ਼੍ਰੇਣੀਆਂ ਦੇ ਤਹਿਤ ਕੀਤਾ ਜਾਂਦਾ ਹੈ। ਜਿਸ ਵਿੱਚ ਨੈਗੋਸ਼ੀਏਬਲ ਇਨਸਟਰੂਮੈਂਟਸ ਐਕਟ ਛੁੱਟੀਆਂ ਰੀਅਲ ਟਾਈਮ ਗ੍ਰਾਸ ਸੈਟਲਮੈਂਟ ਛੁੱਟੀਆਂ ਅਤੇ ਬੈਂਕ ਦੇ ਖਾਤੇ ਬੰਦ ਕਰਨਾ ਸ਼ਾਮਲ ਹਨ ਰਾਸ਼ਟਰੀ ਛੁੱਟੀਆਂ ਤੋਂ ਇਲਾਵਾ ਦੂਜੀ ਅਤੇ ਚੌਥੀ ਸ਼ਨੀਵਾਰ ਦੇ ਨਾਲ ਨਾਲ ਸਾਰੇ ਐਤਵਾਰ ਨੂੰ ਵੀ ਬੈਂਕ ਬੰਦ ਰਹਿੰਦੇ ਹਨ ਸੂਬਾ ਪੱਧਰੀ ਤਿਉਹਾਰਾਂ ਦੀਆਂ ਛੁੱਟੀਆਂ ਕਾਰਨ ਬੈਂਕ ਬੰਦ ਹਨ ਕੁਝ ਬੈਂਕਾਂ ਵਿੱਚ ਛੁੱਟੀਆਂ ਖੇਤਰੀ ਹੁੰਦੀਆਂ ਹਨ ਅਤੇ ਵਕ-ਵਕ ਸੂਬਿਆਂ ਵਿੱਚ ਬੈਂਕਾਂ ਦੀਆਂ ਛੁੱਟੀਆਂ ਇਸ ਕਾਰਨ ਬਦਲ ਸਕਦੀਆਂ ਹਨ